ਸਤਿਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਹੋ ਠੀਕ ਠਾਕ ਸਾਰਿਆਂ ਨੇ ਉਮੀਦ ਕਰਦਾ ਜੀ ਸਾਰੇ ਠੀਕ ਹੋਵੋਗੇ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਸੋ ਅੱਜ ਆਪਾਂ ਕੰਟੇਨਰ ਵਰਕ ਸ਼ੁਰੂ ਕਰਨਾ ਸੋ ਮਿੱਤਰੋ ਅੱਜ ਆਪਣੀ ਜਿਹੜੀ ਪਹਿਲੀ ਡਿਲੀਵਰੀ ਹੈਗੀ ਆ ਏਜੈਕਸ ਦੀ ਆ ਅਤੇ ਕੰਟੇਨਰ ਵਰਕ ਦਾ ਐਂ ਹੁੰਦਾ ਵੀ ਕੰਮ ਨਾ ਥੋੜ੍ਹਾ ਜਿਹਾ ਖਿੱਚ ਕੇ ਕਰਨਾ ਪੈਂਦਾ ਵੀ ਥੋੜ੍ਹਾ ਜਿਹਾ ਤੇਜ਼ ਕੰਮ ਕਰਨਾ ਪੈਂਦਾ ਤੁਹਾਨੂੰ ਕਿਉਂਕਿ ਜੇ ਤੁਸੀਂ ਥੋੜ੍ਹਾ ਜਿਹਾ ਤੇਜ਼ ਨਹੀਂ ਕਰਦੇ ਤਾਂ ਫਿਰ ਤੁਸੀਂ ਪਿੱਛੇ ਰਹਿ ਜਾਓਗੇ ਤਾਂ ਫਿਰ ਜਿਹੜਾ ਟਾਈਮ ਸੀ ਪੀ 'ਚ ਲੱਗਣਾ ਹੋਰ ਜ਼ਿਆਦਾ ਲੱਗੂਗਾ ਕਿਉਂਕਿ ਸੀ ਪੀ ਦੇ ਵਿੱਚ ਐਂ ਹੁੰਦਾ ਸੀ ਪੀ ਦੇ ਵਿੱਚ ਬਹੁਤ ਜ਼ਿਆਦਾ ਤੁਹਾਡਾ ਟਾਈਮ ਖਰਾਬ ਹੁੰਦਾ ਅਗਰ ਤੁਸੀਂ ਕੰਮ ਥੋੜ੍ਹਾ ਜਿਹਾ ਕੁਇਕ ਨਹੀਂ ਕਰਦੇ ਸੋ ਇਸ ਕਰਕੇ ਜਿਹੜਾ ਸੀ ਪੀ ਦਾ ਕੰਮ ਆਪਾਂ ਨੂੰ ਬਹੁਤ ਜ਼ਿਆਦਾ ਕੁਇਕ ਕਰਨਾ ਪੈਂਦਾ ਇਟਸ ਅ ਵੈਰੀ ਫਾਸਟ ਵਰਕ ਗਾਈਸ ਆਇਓ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਸੀ ਪੀ 'ਚ ਅਤੇ ਕਰਦੇ ਹਾਂ ਕੰਮ ਸ਼ੁਰੂ ਉਹ ਬੱਲੇ ਵੀ ਦੋਸਤੋ ਇਹਦੇ ਆਸਰੀ ਫਿਰਦੇ ਹਾਂ ਆ ਜਿਹੜੀ ਰੱਖੀ ਆ ਜੇ ਨਾ ਹੁੰਦੀ ਤਾਂ ਸਾਨੂੰ ਟਰੱਕ ਨਹੀਂ ਚੱਲਣੇ ਸੀਗੇ ਕਨੇਡਾ 'ਚ ਅੱਛਾ ਚਾਹ ਮੇਰੇ ਵੀਰੋ ਫਰੈਸ਼ ਚਾਹ ਉਹ ਇਹਦਾ ਐਂ ਹੁੰਦਾ ਵੀ ਇਹਦੇ ਨਾਲ ਨਾ ਅੱਖਾਂ ਹੀ ਖੁੱਲ ਜਾਂਦੀਆਂ ਗੇਰਾਂ ਤੜਕੇ ਤੜਕੇ ਨਾ ਸੋ ਇਹ ਬਹੁਤ ਜ਼ਰੂਰੀ ਆ ਸਵੇਰੇ ਕੰਮ 'ਤੇ ਆਪਾਂ ਚੈਸੀ ਔਫ ਕਰਨ ਲੱਗੇ ਹਾਂ ਅਤੇ ਆਹ ਆਪਣੀ ਚੈਸੀ ਆ ਜਿਹੜੀ ਆਪਾਂ ਹੌਕ ਕੀਤੀ ਆ ਇੱਕ ਉਹ ਬੰਦਾ ਜਿਹੜਾ ਤੁਸੀਂ ਦੇਖ ਰਹੇ ਹੋ ਉਹ ਬੰਦਾ ਉਹ ਆਪਣੀ ਕੰਪਨੀ ਦਾ ਬੰਦਾ ਉਹ ਵੀ ਚੈਸੀਆਂ ਹੌਕ ਕਰ ਰਿਹਾ ਅਤੇ ਅਸੀਂ ਯਾਨੀ ਕਿ ਦੋਵਾਂ ਨੇ ਪ੍ਰੀ ਲੋਡ ਕਰਾਉਣਾ ਉਹ ਬੱਲੇ ਏਅਰਲਾਈਨਾਂ ਲਾ ਲਈਏ ਆਹ ਚੀਜ਼ ਦੇਖਣੀ ਬਹੁਤ ਜ਼ਰੂਰੀ ਹੈ ਦੋਸਤੋ ਜਨਵਰੀ 21 ਦੀ ਸੇਫਟੀ ਹੋਈ ਹੋਈ ਹੈ ਇਹਦੀ ਅਤੇ ਬਸ ਆਪਾਂ ਕਰਕੇ ਇੰਸਪੈਕਸ਼ਨ ਕਰਕੇ ਆਪਾਂ ਖਿੱਚ ਲੈਣੀ ਅਤੇ ਸੀ ਅਤੇ ਪ੍ਰੀ ਲੋਡ ਕਰਾਉਣੇ ਆ ਅਤੇ ਆਹ ਪਹਿਲਾਂ ਇੱਧਰ ਟ੍ਰੇਨ ਆਈ ਹੋਈ ਆ ਤੁਸੀਂ ਦੇਖ ਸਕਦੇ ਹੋ ਸੋ ਆਹ ਹੁਣ ਟ੍ਰੇਨ ਤੁਰ ਗਈ ਅਸੀਂ ਇਹਦੇ ਦੂਜੇ ਪਾਸੇ ਜਾਣਾ ਸੋ ਆਹ ਟ੍ਰੇਨ ਜਾ ਹੀ ਰਹੀ ਆਲਮੋਸਟ ਪਰ ਨਹੀਂ ਤਾਂ ਉਹ ਵੀ ਸਾਨੂੰ ਖੜ੍ਹਨਾ ਹੀ ਪੈਣਾ ਸੀਗਾ ਅਤੇ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਕਿਹਾ ਸੀਗਾ ਵੀ ਸੀ ਪੀ ਦੇ ਵਿੱਚ ਟਾਈਮ ਬਹੁਤ ਖਰਾਬ ਹੁੰਦਾ ਉਹ ਟਾਈਮ ਐਂ ਖਰਾਬ ਹੁੰਦਾ ਵੀ ਜਿਹੜੀਆਂ ਟ੍ਰੇਨਾਂ ਹੁੰਦੀਆਂ ਇਹ ਆਉਂਦੀਆਂ ਰਹਿੰਦੀਆਂ 10 ਤੋਂ 12 ਟਰੈਕ ਆ ਜ਼ਿਆਦਾ ਵੀ ਹੋ ਸਕਦੇ ਆ ਸੋ ਹਰੇਕ ਟਰੈਕ 'ਤੇ ਟ੍ਰੇਨ ਆਉਂਦੀ ਆ ਅਤੇ ਹਰੇਕ ਟਰੈਕ 'ਤੇ ਸਾਡਾ ਟਾਈਮ ਖਰਾਬ ਹੁੰਦਾ ਮੰਨ ਲਓ ਵੀ ਅਸੀਂ ਇੱਕ ਵਾਰੀ ਟੈਸੀ ਹੌਕ ਕਰ ਲਈ ਅਤੇ ਅਸੀਂ ਪ੍ਰੀ ਲੋਡ ਕਰਾਉਣਾ ਫਿਰ ਜਦੋਂ ਪ੍ਰੀ ਲੋਡ ਕਰਾ ਲਿਆ ਪਹਿਲਾਂ ਤਾਂ ਦੇਖੋ ਦੋਸਤੋ ਪਹਿਲਾਂ ਤਾਂ ਪ੍ਰੀ ਲੋਡ ਦੇ ਟਾਈਮ ਲੱਗਣਾ ਨਾ ਫਿਰ ਜਦੋਂ ਅਸੀਂ ਪ੍ਰੀ ਲੋਡ ਕਰਾ ਲਿਆ ਫਿਰ ਸਾਡਾ ਆਹ ਟ੍ਰੇਨ ਜੀ ਜਿਹੜੀ ਆ ਟ੍ਰੇਨ ਜੀ ਜਾ ਰਹੀ ਆ ਇਹਨੇ ਟਾਈਮ ਖਰਾਬ ਕਰਨਾ ਫਿਰ ਐਂ ਵੀ ਹੁੰਦਾ ਜਦੋਂ ਅਸੀਂ ਘਰ ਜਾਣਾ ਹੁੰਦਾ ਆਪਣੀ ਨਾ ਆਲਮੋਸਟ ਵੀ ਆਖਰੀ ਮੂਵ ਹੁੰਦੀ ਆ ਅਤੇ ਜਦੋਂ ਅਸੀਂ ਘਰ ਜਾਣਾ ਹੁੰਦਾ ਨਾ ਉਦੋਂ ਕੋਈ ਟ੍ਰੇਨ ਆ ਜਾਂਦੀ ਆ ਪਰ ਇੰਨੀ ਖਿੱਚ ਚੜ੍ਹਦੀ ਆ ਇੰਨੀ ਖਿੱਚ ਚੜ੍ਹਦੀ ਆ ਦੋਸਤੋ ਗੱਲਾਂ ਹੀ ਛੱਡ ਦਿਉ ਉਹ ਬੰਦਾ ਆਪਾਂ ਨੂੰ ਬੁਲਾ ਰਿਹਾ ਅਤੇ ਆਪਾਂ ਹੈ ਅੰਮ੍ਰਿਤ ਆਪਾਂ ਸਪੈਸ਼ਲ ਬਾਏ ਕੀਤਾ ਵਲੋਗਿੰਗ ਵਾਸਤੇ ਐਕਸਟਰਾ ਐਕਸਟਰਾ ਅਤੇ ਇੰਡੀਕੇਟਰ ਚੈੱਕ ਕਰ ਲਈਏ ਪ੍ਰੀ ਲੋਡ ਕਰਾ ਕੇ ਫਿਰ ਅਸੀਂ ਕਿਹਾ ਇਦਾਂ ਕੰਮ ਚੈਸੀ ਜਮੀ ਓਕੇ ਰਿਪੋਰਟ ਆ ਮੈਂ ਥੋੜ੍ਹਾ ਜਿਹਾ ਹੁਣ ਆਪਣਾ ਕੈਮਰਾ ਜੇਬ 'ਚ ਪਾਵਾਂ ਹੁਣ ਮੈਂ ਮਾੜਾ ਕੈਮਰਾ ਪਾਸੇ ਰੱਖਾਂ ਅਤੇ ਇੰਸਪੈਕਸ਼ਨ ਕਰ ਲਈਏ ਟਾਇਰਾਂ ਟੂਰਾਂ ਦੀ ਲਓ ਵੀ ਮਿੱਤਰੋ ਆਪਾਂ ਆਪਦੀ ਪਹਿਲੀ ਲੋਕੇਸ਼ਨ 'ਤੇ ਪਹੁੰਚ ਗਏ ਹਾਂ ਜਿੱਥੇ ਆਪਾਂ ਪਿਕਅਪ ਕਰਨੀ ਆ ਸੋ ਜਿਹੜਾ ਇਹ ਲੋਡ ਆ ਡੇਂਜਰਸ ਲੋਡ ਆ ਯਾਨੀ ਕਿ ਡੇਂਜਰਸ ਗੁੱਡ ਆ ਬੈਟਰੀਆਂ ਦਾ ਲੋਡ ਆ ਇਹ ਅਤੇ ਇਹਦੇ ਨਾ ਆਲੇ ਦੁਆਲੇ ਆਪਾਂ ਨਾ ਸਟਿੱਕਰ ਲਾਉਣੇ ਆ ਕੰਟੇਨਰ ਦੇ ਸੋ ਜਿਹੜੇ ਸਟਿੱਕਰ ਹੁੰਦੇ ਨਾ ਚਾਰੇ ਪਾਸੇ ਲੱਗਦੇ ਹੁੰਦੇ ਆ ਦੋ ਸਾਈਡਾਂ 'ਤੇ ਇੱਕ ਮੂਹਰੇ ਅਤੇ ਇੱਕ ਮਗਰ ਅਤੇ ਇੱਕ ਚੀਜ਼ ਹੋਰ ਇਹਦੇ 'ਚ ਇਹ ਡਿਫਰੈਂਸ ਆ ਵੀ ਇਹ ਆਪਣਾ ਜਿਹੜਾ ਕੰਟੇਨਰ ਆ 40 ਫੁੱਟ ਆ ਯਾਨੀ ਕਿ 40 ਫੀਟ ਆ ਇਹ ਅਤੇ ਇਹ ਵੀ ਮੈਂ ਤੁਹਾਨੂੰ ਦਿਖਾਊਂਗਾ ਸੋ ਤੜਕੇ ਜਦੋਂ ਮੈਂ ਸੀ ਪੀ ਦੇ ਵਿੱਚ ਇੰਡੀਕੇਟ ਹੋਇਆ ਸੀਗਾ ਉਦੋਂ ਮੈਂ ਉਹਨੂੰ ਪ੍ਰੀ ਲੋਡ ਕਰਾਇਆ ਅਤੇ ਪ੍ਰੀ ਲੋਡ ਕਰਾਉਣ ਤੋਂ ਬਾਅਦ ਫਿਰ ਮੈਂ ਲੈ ਕੇ ਆਇਆ ਇੱਥੇ ਯਾਨੀ ਕਿ ਪ੍ਰੀ ਲੋਡ ਦਾ ਮਤਲਬ ਇਹ ਹੁੰਦਾ ਵੀ ਮੈਂ ਜਿਹੜਾ ਇਹ ਕੰਟੇਨਰ ਹੈ ਚੈਸੀ ਦੇ ਉੱਤੇ ਤਰਾਇਆ ਸੋ ਘੰਟਾ 2 ਘੰਟੇ ਮੈਨੂੰ ਸੀ ਪੀ 'ਚ ਲੱਗ ਗਏ ਸੀਗੇ ਮੈਂ ਬਹੁਤ ਬਿਜ਼ੀ ਸੀ ਇਸ ਕਰਕੇ ਵੀਡੀਓ ਨਹੀਂ ਬਣਾ ਸਕਿਆ
कोशिश कराया करूँगा भी मैं सीपी दे विच वीडियो बनावा ते फिर तुहानू ज़्यादा पता लग्या करूँगा। सो हुण मैं पुल करदा पुल करके तो मैं जिहड़े होणगे स्टिकर होणगे डेंजरस गुड वाले आपां लावांगे ते फिर आपां सीपी नूं दुआरे चलांगे। उत्थे अजे पता नहीं मेरी नैक्सट डिस्पैच की आ, मैनूं मैं फोन खड़ जो जिहड़ी अपनी डिस्पैच पैंदी है ना सोआ सीपी दी ऐप है ते इह ते पैंदी आ जिन्नी भी डिस्पैच हुंदी है मेरी सवेर तों लै के शाम तक सारी ऐप ते हुंदी आ। ते आ मैं आपदा इत्थे पासवर्ड भर दिंदा, सो आपां आपदी शकल विखाउणी सोहणी जी फिर आपां पासवर्ड भरदे आ सोहणी जी, नहीं तां हिसाब जिहदी शकल अपनी इन्नी सोहणी तां है नहीं अपनी। ते पासवर्ड भरता हुण मैं, देखो दोस्तो हुण मैं पासवर्ड भरता सो अपलोड हो रहा ते मैं तुहानूं दिखाउणा इधरों। सो आ जे तुसीं देख सकदे हो अपना पहला लोड जिहड़ा हैगा ईस्ट पेन कैनेडा एजैक्स ते ओके आपां नूं अगला लोड भी पाया पिया, अगला आपां खाली लभना ते आपां लाइव लोड कराउणा ते आपां जाणा टोरंटो। आ लोड आ ते सानूं जिहड़े पैसे पे हुंदे आ उह मीलां दे हिसाब नाल पे हुंदे आ, यानी कि आ जिहड़ा पहला लोड सीगा इहदियां 47 मीलां ते जिहड़ा मेरा अगला लोड आ इहदियां ओह ज़्यादा खड़खड़ हो जांदी है ना, आई मीन टू से हिला रहे ज़्यादा लोड कर रहे ना, सो शेकीनैस ज़्यादा आ। सो ओके नहीं वेज, सो जिहड़ा मेरा दूजा लोड आ उहदियां 16 मीलां ते 56,000 LBS वेट आ ते फ्लैग जिहड़े हैगे आपां इहदे 'च फट्टे लै के जाणे आ। सो आ लोड आपां DGN मार्केटिंग जाणा टोरंटो रैक्सडेल ड्राइव ते, ते आई बस मैनूं लोड पै जांदा ते आपां इत्थों ही ऐप जिवें हुण आ लोड लाया जदों मैं फिर उद्दू बाद मैनूं अगली डिस्पैच पै जानी आ। ते जे आपां सीपी नाल गल करनी आ सो आ मैसेजेस दे विच हुंदा, जे कोई भी प्रॉब्लम आउंदी आ मैं डिस्पैच नूं मैसेज करदा ते या OSD दे विच मैसेज करदा, सो कई चीज़ां हुंदियां जो रिफ्यूजल दे विच मैसेज करनियां पैंदियां। सो आ जिहड़ा सिस्टम है इहदे 'च आपां नूं पता लगदा रहिंदा वी तुहानूं किहड़ा लोड लाता, सो मोस्टली इहदे 'च आई हुंदा जांदा ते इहदे विच टाइम वगैरह चेंज हुंदा हुंदा ते जां इहदे विच तुहाडा जिहड़ा लोड लिया हुंदा उहदी इनफॉर्मेशन हुंदी आ, सो होर तां कोई इनफॉर्मेशन नहीं हुंदी। एक तुहानूं मैं होर चीज़ दिखाउणा, आ देखो इहदे विच ना अराइव जिहड़ा हुंदा आपे हो जांदा, देख सकदे हो तुसीं मैं नेड़े करके दिखाउणा खड़ जो, आ देख रहे हो तुसीं अराइव होया वे अपना। सो हुण जदों मैं डन हो गया इत्थों ते मैं सिर्फ रिलीज़ करना इहनूं, रिलीज़ करूँगा ते इहने ऑटो डिपार्ट हो जाणा, कई वारी डिपार्ट नहीं हुंदा फिर मैसेज करना पैंदा ते फिर जां जदों जदों डिपार्ट नहीं हुंदा फिर आपां की करदे आं आपां इत्थों अपडेट लोकेशन कर दिंदे आ, सो फिर डिपार्ट हो जांदा यो, यानी कि साडा जिन्ना भी काम आ सारा यार ऐप ते आ ते यानी कि ठीक आ वधिया ते कोई इन्नी हैडेक भी हैनी गी, बस सानूं ऐ हुंदा वी असीं थोड़ा जिहा तेज़ करिए ते अपना टाइम ज़्यादा खराब ना करिए, तेज़ इन द सेंस भी थोड़ा जिहा आपदा जिहड़ा पैड चाल आ थोड़ा तेज़ रखिए, सेफ्टी वाइज तो थोनू सारा देख के चलना पैंदा, ऐ नहीं भी खिच्ची चलो सेफ्टी भी ना वेखो, सो सेफ्टी वाइज तो पूरा टाइम कढ़ना पैंदा, पर हुण जिहड़ा फालतू टाइम हुंदा वो टाइम ना वेस्ट करिए, यानी कि हौली हौली जे काम ना करिए भी उवें काम जिहा हुंदा कंटेनर वर्क दा, बाकी जिहड़े बंदे करदे आ उन्हां नूं पता ही है भी कंटेनर वर्क किवें करना पैंदा काम। ते बाकी मैं पिकअप करदा फिर चलदे आपां सीपी 'च वेखदे आं अपना की बनदा, खाली लभदा कि नहीं उत्थों पहलां जाके खाली लभना पैना। लो मित्रों लोड करा लिया आपां ते स्टिकर दिखाउणा तुहानूं मैं डेंजरस गुड वाले, आ जे तुसीं देख सकदे हो आपां इह स्टिकर लाए आ। सो ये 40 फीट अपना जिहड़ा कंटेनर आ ते इहदे आले दुआले आपां स्टिकर लाए आ ते है भी ट्राई एक्सल जे तुसीं देख सकदे हो, क्योंकि इहदा वेट बहुत ज़्यादा आ, जदों वेट ज़्यादा हुंदा उदों ट्राई एक्सल यूज़ करदे आ, इक स्टिकर आ रहा ते एक स्टिकर उत्थे रहा ते एक स्टिकर अपना आ रहा। सो यह बहुत जरूरी हुंदा है डेंजरस गुड जो हुंदा ना तुहाडे कोले, सो यह स्टिकर लाने बहुत जरूरी हुंदे आ। सो मूहरे वाला तां तुहानूं मैं विखा ही दित्ता सीगा ते बाकी सेफ्टी ऑलवेज चैक करनी है तुरन तो पहला सारा कुछ ओके रिपोर्ट हैगा कि नहीं, जे ओके आ फिर ही तुरो, नहीं तां जे कोई प्रॉब्लम हैगी है आदा खड़ के चैक करो चक्कर है ना।
सो आप तुरद हूँ पीपी चलते हैं तो अगली डिस्पैच करते हैं। चलिए लो मित्रों काम आपां अपना डन कर लिया तो अज यार थोड़े जे बिजी सीगे कोई इन्ना टाइम जहाँ नहीं लगा वीडियो बनाउन दा ते उस लई कर दूं माफ। तो मैं सोच रहा सीगा ना थोड़े जे कैमरे जे लाउणे ट्रक दे मूहरे मेरे कोले ऑलरेडी कैमरे लगे हुए आ ते ओह जिहड़ा कैमरा लग्या उस च ना कलैरिटी वाइज इन्ना ज़्यादा वधिया नहीं इस करके मैं ना अज कैमरा ऑर्डर किया। सो आपां ट्रक की मूहरली स्क्रीन ते लावांगे मूहरली स्क्रीन कही जाना आ मूहरे जिहड़ा शीशा हुंदा उत्थे कैमरा फिट कर दांगे। सो मेरे लिए ईजी हो जूगा थोड़ा जिहा वीडियो बनाउणा क्योंकि आ कैमरे दे नाल आपां वाइल्ड ड्राइविंग नहीं यूज़ कर सकते ना। सो उहदे नाल मैनूं ईजी हो जूगा भी वाइल्ड ड्राइविंग सारा दिन दा ही बनाया करूँगा। तो बाकी उम्मीद करा थोनों अपनी वीडियो वधिया लगेगी जे वधिया लगी लाइक शेयर ते सबसक्राइब कर दो ते हुण आपां चलें घरे। धन्यवाद सारयां दा ओके बाय बाय।